ਬੀਜੇਪੀ ਯੁਵਾ ਮੋਰਚਾ ਅਤੇ ਬੀਜੇਪੀ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਵੱਲੋਂ ਚੋਣਾਂ 'ਚ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਲੋਕਾਂ ਨੂੰ ਖਿਡੌਣੇ ਦਿਖਾ ਕੇ ਸਰਕਾਰ ਦੇ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਯੁਵਾ ਮੋਰਚਾ ਦੇ ਪ੍ਰਧਾਨ ਮਹੇਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੈਨੀਫੈਸਟੋ ਦੌਰਾਨ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ। ਚਾਹੇ ਸ਼ਗੁਨ ਸਕੀਮ ਹੋਵੇ, ਸਮਾਰਟਫੋਨ ਹੋਣ ਜਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਪਹਿਲੂ ਤੇ ਫੇਲੀਅਰ ਸਾਬਤ ਹੋਈ ਹੈ। ਯੁਵਾ ਮੋਰਚਾ ਲੁਧਿਆਣਾ ਦੇ ਵੱਲੋਂ ਹੱਲਾ ਬੋਲ ਬੋਲ ਖੋਲ ਕਾਰਜਕ੍ਰਮ ਅੱਜ ਵੈਸਟ ਕੌਂਸਟੀਚੁਐਂਸੀ ਦੇ ਵਿੱਚ ਅਸੀਂ ਯੁਵਾ ਮੋਰਚਾ ਵੱਲੋਂ ਕਰ ਰਹੇ ਹਾਂ, ਜਿੱਥੇ ਪਹਿਲਾਂ ਵਿੱਚ ਕੌਂਸਟੀਚੁਐਂਸੀ ਕੂੜੇ ਦੇ ਢੇਰਾਂ ਬਾਰੇ ਜਿਹੜਾ ਗਪੋੜੀ MP ਹੈ ਉਹਨੇ ਕੂੜੇ ਦੇ ਢੇਰਾਂ ਬਾਰੇ ਕਿਹਾ ਵੀ ਮੈਂ ਲੁਧਿਆਣੇ ਕੂੜੇ ਢੇਰ ਨਹੀਂ ਲੱਗਣ ਦਊਂਗਾ। ਅਸੀਂ ਉਹ ਲੋਕਾਂ ਨੂੰ ਦਰਸਾਇਆ, ਲੋਕਾਂ ਨੂੰ ਜਾਗਰੂਕ ਕੀਤਾ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਨਾਲ। ਕੱਲ੍ਹ ਬੁੱਢਾ ਦਰਿਆ ਜਿਹਨੇ ਨੇ ਕਿਹਾ ਮੈਂ 1 ਕਰੋੜ ਰੁਪਇਆ ਸਫਾਈ ਤੇ ਲਗਾਇਆ ਵਾ, ਉਹ ਵੀ ਤੁਹਾਡੇ ਚੈਨਲ ਦਾ ਹੀ ਲੋਕਾਂ ਨੇ ਵੀ ਦੱਸਿਆ। ਬੁੱਢੇ ਦਰਿਆ ਦੇ ਉੱਪਰ ਕੂੜੇ ਦੀ ਸੜਕ ਬਣ ਗਈ ਇੱਕ, ਉਹਦੇ ਉੱਤੇ ਲੋਕੀ ਚੱਲ ਸਕਦੇ ਨੇ। ਇੱਦਾਂ ਦੀਆਂ ਸੜਕਾਂ ਬਿੱਟੂ ਨੇ ਚਾਹੀਆਂ ਸੀ ਅੱਜ ਵੈਸਟ ਕੌਂਸਟੀਚੁਐਂਸੀ ਦੇ ਵਿੱਚ, ਜਿਹੜਾ ਸਰਕਾਰ ਨੇ ਯੁਵਾਵਾਂ ਨੂੰ ਵਾਅਦਾ ਕੀਤਾ ਸੀ ਸਮਾਰਟਫੋਨ ਦੇਵਾਂਗੇ, ਉਹਨਾਂ ਨੇ ਸਮਾਰਟਫੋਨ ਦੀ ਜਗ੍ਹਾ ਸੁੰਚਣੇ ਹੱਥ ਫੜਾ ਤੇ। MLA ਦੀ ਇਹਦੇ ਵਿੱਚ ਸਾਨੂੰ ਤਾਂ ਲੱਗਿਆ ਸੀ ਦੇਰ ਸਵੇਰ ਕੈਪਟਨ ਨੂੰ ਯਾਦ ਹੈ ਯੁਵਾਵਾਂ ਦੀ, ਉਹਨੇ ਸਮਾਰਟਫੋਨ ਲਾਂਚ ਕੀਤਾ, ਬਿੱਟੂ ਦੀ ਫੋਟੋ ਲਾ ਕੇ ਹੀ ਸਹੀ। ਪਰ ਸਾਥੀਓ ਜਦੋਂ ਦੇਖਿਆ ਤੇ ਕੱਲੀਆਂ ਡੰਮੀਆਂ ਸੀ, ਉਹਨਾਂ ਨੇ ਸਮਾਰਟਫੋਨ ਨਹੀਂ ਕੱਲੀ ਡੰਮੀਆਂ ਯੁਵਾਵਾਂ ਦੇ ਹੱਥ ਫੜਾ ਦਿੱਤੀਆਂ। ਐਸੀ ਧੋਖੇਬਾਜ਼ ਸਰਕਾਰ। ਸਾਥੀ ਪੁੱਛ ਰਹੇ ਸੀ ਵੀ ਤੁਸੀਂ ਇਹ ਪ੍ਰੋਗਰਾਮ ਹੁਣ ਕਿਉਂ ਕਰ ਰਹੇ ਹੋ, ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਜਿਹੜਾ ਝੂਠਾ ਬਿੱਟੂ ਸੀ, ਝੂਠੇ ਬਿੱਟੂ ਨੇ ਸ਼ਹਿਰ ਦੇ ਹੋਰਡਿੰਗ ਲਗਾ ਤੇ, ਮੈਂ 1 ਕਰੋੜ ਰੁਪਇਆ ਦੇ ਕੰਮ ਕੀਤੇ, ਲੇਕਿਨ ਅਸੀਂ ਇੱਕ ਇੱਕ ਮੁੱਦੇ ਨੂੰ ਲੈ ਕੇ ਗਲੀ ਗਲੀ ਮੁਹੱਲੇ ਮੁਹੱਲੇ ਲੋਕਾਂ 'ਚ ਜਾ ਰਹੇ ਹਾਂ ਵੀ ਜਿਹੜੇ ਉਹ ਬੋਰਡ ਲੱਗੇ ਆ ਉਹ ਝੂਠ ਦਾ ਪੁਲਿੰਦਾ ਵੈ, ਇਹਦਾ ਚਿਹਰਾ ਅਸੀਂ ਬੇਨਕਾਬ ਕਰਨਾ, ਤਾਂ ਕਿ ਲੁਧਿਆਣੇ ਦੇ ਲੋਕਾਂ ਨੂੰ ਆਉਣ ਵਾਲੇ 5 ਸਾਲਾਂ 'ਚ ਸੰਤਾਪ ਨਾ ਭੋਗਣਾ ਪਵੇ। ਐਸੇ MP ਨੂੰ ਜਿਤਾ ਕੇ ਇਹ ਕਾਂਗਰਸੀ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ ਤੇ ਲੋਕੀ ਕਹਿੰਦੇ ਬਿੱਟੂ ਫੇਲ, ਜਨਤਾ ਕਹਿ ਰਹੀ ਹੈ ਅੱਜ ਕਾਂਗਰਸ ਸਰਕਾਰ ਫੇਲ ਹੋਣ ਦਾ ਨਮੂਨਾ। ਇੱਕ ਵੀ ਵਾਅਦਾ ਕਾਂਗਰਸ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ। ਉਸ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਇਹ ਆਰਤੀ ਚੌਂਕ ਦੇ ਵਿੱਚ ਸਰਕਲ ਬਣਾ ਕੇ ਲੰਬੀ ਲਾਈਨ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਗਲੀ ਗਲੀ ਮੁਹੱਲੇ ਮੁਹੱਲੇ ਦੇ ਵਿੱਚ ਇਸ MP ਦੇ ਖਿਲਾਫ ਅਸੀਂ ਜਾਗਰੂਕ ਕਰਾਂਗੇ, ਰੋਜ਼ ਇੱਕ ਮੁੱਦਾ ਲਗਾਵਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।